बलवंत गार्गी दा रेखाचित्र अजीत कौर बारे लिखे हैं काडनी दूसरा भाग अजीत कौर ਨਾਲ ਫਿਰ ਕਈ ਮਹੀਨੇ ਮੁਲਾਕਾਤ ਨਾ ਹੋਈ ਮੈਂ ਟੈਲੀਫੋਨ ਕੀਤਾ ਪਤਾ ਲੱਗਾ ਉਹ ਬੰਬਈ ਗਈ ਹੋਈ ਹੈ ਫਿਰ ਕਲਕੱਤੇ ਉੱਥੋਂ ਮੁੜੀ ਤਾਂ ਇੱਕ ਦਿਨ ਰਹਿ ਕੇ ਫਿਰ ਬੰਬਈ ਫਿਰ ਬੈਂਗਲੌਰ ਫਿਰ ਕਲਕੱਤੇ ਮੈਂ ਉਹਨੂੰ ਪੁੱਛਿਆ ਇੰਨੀ ਨਸ ਭੱਜ ਕਿਉਂ ਕਹਿਣ ਲੱਗੀ ਨਸ ਭੱਜਦੀ ਮੈਨੂੰ ਇੰਨੀ ਪਰਵਾਹ ਨਹੀਂ ਜਿੰਨਾ ਇਸ ਗੱਲ ਦਾ ਗਮ ਹੈ ਕਿ ਬਗਾਨੇ ਸ਼ਹਿਰ ਰਹਿਣਾ ਪੈਂਦਾ ਹੋਟਲ ਦੇ ਕਮਰੇ 'ਚ ਜਾਂ YMCH ਤੇ ਜਦ ਤੱਕ ਹਾਰ ਕੇ ਮੁੜਦੀਆਂ ਤਾਂ ਨੀਂਦਰ ਨਹੀਂ ਆਉਂਦੀ ਬੇਹੱਦ ਉਦਾਸੀ ਧੂਏ ਵਰਗੀ ਗਾੜੇ ਧੂਏ ਵਰਗੀ ਪਤਾ ਨਹੀਂ ਇਸ ਧੂਏ ਦੇ ਗੁਬਾਰ ਦੇ ਪਰਲੇ ਪਾਸੇ ਕੀ ਹੈ ਬੰਬਈ ਤਾਂ ਇੰਨੇ ਦੋਸਤ ਹਨ ਅਜੀਤ ਕੌਰ ਕਹਿਣ ਲੱਗੀ ਬਗਾਨੇ ਸ਼ਹਿਰ 'ਚ ਦੋਸਤ achar ਵਾਂਗ ਹਨ ਰੋਟੀ ਵਾਂਗ ਨਹੀਂ ਇਸ ਵਾਰ ਮੈਂ ਬੰਬਈ ਗਈ ਤੇ ਇੱਕ ਸ਼ਾਮ ਤਰ ਕਾਲਾਂ ਵੇਲੇ ਮੈਰੀਨ ਡਰਾਈਵ ਉੱਤੇ ਸਮੁੰਦਰ ਦੇ ਕੰਡੇ-ਕੰਡੇ ਤੁਰਦੀ ਗਈ ਰਾਤ ਹੋ ਗਈ ਕੋਲੋਂ ਲੰਗ ਦੇ ਲੋਕ ਆਖਦੇ ਹੈਲੋ সুইਟ ਹਾਰਟ ਤੇ ਹਾਊ ਮੱਚ ਫਾਰ ਦਾ ਨਾਈਟ ਤੇ ਉਹਨਾਂ ਦੇ ਫਿਕਰੇ ਜਿਵੇਂ ਕੋਈ ਗਿਜਗਿਜੀ ਚੀਜ਼ ਨੰਗੀ ਪਿੱਠ ਤੇ ਰੀਂਗਦੀ ਹੋਵੇ ਰਾਤੀ ਥੱਕ ਹਾਰ ਕੇ ਵਾਪਸ ਮੁੜੀ ਸਮੁੰਦਰ ਦਾ ਕੰਡਾ ਮੈਨੂੰ ਉਦਾਸ ਕਰਦਾ ਹੈ ਕਿਹੋ ਜੀ ਮਜਬੂਰੀ ਹੈ ਭੁੱਖ ਲਗਣੀ ਰੋਟੀ ਖਾਣੀ ਨੀਂਦਰ ਆਉਣੀ ਪਸੀਨਾ ਆਉਣਾ ਨਹਾਉਣਾ ਨੌ ਕਟਣੇ ਕਿਸੇ ਦੀ ਛਾਤੀ ਤੇ ਸਿਰ ਰੱਖਣ ਲਈ ਵਿਲਕਣਾ ਕੀ ਇਹ ਸਾਰੀਆਂ ਮਜਬੂਰੀਆਂ ਇੱਕੋ ਪੱਦਰ ਦੀਆਂ ਨੇ ਹਨ ਸਮੈ ਨਹੀਂ ਆਉਂਦੀ ਸਮੁੰਦਰ ਮੈਨੂੰ ਉਦਾਸ ਕਰਦਾ ਹੈ ویرਾਨ ਪਹਾੜ ਵੀ ਦੂਰ ਦੂਰ ਤੱਕ ਫੈਲਿਆ ਰੇਗਿਸਤਾਨ ਵੀ ਕੋਈ ਚਟਾਨ ਕੋਈ ਟੱਬਾ ਕੋਈ ਸੁਨਣਾ ਵਾਬਰੋਲਾ ਹਵਾ ਦਾ ਬੁਰਜ ਘੁੰਮਦਾ ਹੋਇਆ ਖੋਖਲਾ ਕੁਤਬ ਮিনার ਮੈਂ ਕਿਹ ਉਦਾਸੀ ਹਰਥਾਂ ਹੁੰਦੀ ਹੈ ਕਹਿਣ ਲੱਗੀ ਸਿਰਫ ਇਹ ਹੁੰਦਾ ਹੈ ਕਿ ਬੱਚਿਆਂ ਤੋਂ ਦੂਰ ਜਾਣ ਵਾਲੇ ਢੇਰਾਂ ਦੇ ਢੇਰ ਕੰਮ ਜੀ ਕਰਦਾ ਇਹਨਾਂ ਤੋਂ ਨੱਸ ਜਾਵਾਂ ਪਰ ਫਿਰ ਇਹਨਾਂ ਨੂੰ ਹੀ ਲੋਚਦੀਆਂ ਆਪਣੇ ਬੱਚਿਆਂ ਦੇ ਸਾਹਮਣੇ ਤੇ ਦੋਸਤਾਂ ਦੇ ਸਾਹਮਣੇ ਨਕਾਬ ਪਾਉਣ ਦੀ ਮਜਬੂਰੀ ਨਹੀਂ ਹੁੰਦੀ। ਕਾਦਾ ਨਕਾਬ, ਹਾਸੇ ਦਾ ਨਕਾਬ। ਮੂੰਹ ਦੇ ਸਾਰੇ ਮਸਲਸ ਦੁਖਣ ਲੱਗ ਲੱਗ ਜਾਂਦੇ ਐ। ਛਾਡੇ ਵੀ ਗੱਲਾਂ ਨੇ ਕਰਨ ਦੀਆਂ। ਆ ਮੌਸਮ ਦੀ ਗੱਲ ਕਰੀਏ। ਮੌਸਮ ਬਹੁਤ ਸੋਹਣਾ ਹੈ। ਮੈਨੂੰ ਬਰਸਾਤ ਚੰਗੀ ਲੱਗਦੀ ਐ। ਸਾਡੇ ਹਿੰਦੁਸਤਾਨ 'ਚ ਇਹੋ ਜਿਹਾ ਇਹੋ ਬਹਾਰ ਦਾ ਮੌਸਮ ਹੈ। ਹਰ ਚੀਜ਼ ਫੁੱਟ ਨਿਕਲਦੀ ਐ ਤੇ ਕੁਦਰਤ ਕੈਨ ਲੱਗੀ ਬੇਹਦ ਬਾਰਿਸ਼ ਬਕਵਾਸ ਐ। ਸ਼ਿਮਲੇ ਦਾ ਲੱਕੜ ਬਾਜ਼ਾਰ 2 ਫੁੱਟ ਨਿੱਗਰ ਗਿਆ ਪਹਾੜ ਵੀ ਪੋਲਾ ਹੋ ਗਿਆ ਇਹਨਾਂ ਬਾਰਸ਼ਾਂ ਨਾਲ ਇਹ ਅਸਮਾਨ ਦੇ ਹੰਝੂ ਨਹੀਂ ਕਿਸੇ ਬੇਵਾ ਦੇ ਹੰਝੂ ਨੇ ਮੈਂ ਗਲਤ ਆਖ ਰਹੀ ਹਾਂ ਹੰਝੂਆਂ ਨਾਲ ਕਿਸੇ ਦਾ ਦਿਲ ਪੋਲਾ ਨਹੀਂ ਹੁੰਦਾ ਹੰਝੂ ਬਕਵਾਸ ਨੇ ਇਹ ਬਾਰਿਸ਼ ਆਕਾਸ਼ ਦੀਆਂ ਗਾਲਾਂ ਹਨ ਜੋ ਸਾਨੂੰ ਅਸੀਸਾਂ ਲੱਗਦੀਆਂ ਮੈਂ ਕਿਹਾ ਮੈਨੂੰ ਬਾਰਿਸ਼ ਚੰਗੀ ਲੱਗਦੀ ਹੈ ਕਹਿਣ ਲੱਗੀ ਮੈਂ ਉਦਾਸ ਹਾਂ ਜੋ ਮੈਂ ਲਿਖਦੀ ਹਾਂ ਉਸ 'ਚ ਮੈਨੂੰ ਆਪਣਾ ਆਪ ਆਪਣਾ ਪੂਰਾ ਆਪਾ ਨਜ਼ਰ ਨਹੀਂ ਆਉਂਦਾ ਮੇਰੀ ਉਦਾਸੀ ਬੇਅੰਤਹਾ ਉਦਾਸੀ ਤੇ ਇਕਲ ਤੇ ਮੇਰੇ ਗਿਰਦ ਫੈਲਿਆ ਹੋਇਆ ਖੇਲਾ ਤੇ ਸਖਣਾਪਨ ਤੇ ਉਹਦਾ ਫੁੰਕਾਰ ਦਾ ਖਾਮੂਸ਼ ਸ਼ੋਰ ਮੈਂ ਚਾਹਨੀ ਆਪਣੇ ਬਾਰੇ ਆਪਣੇ ਆਪ ਵਿੱਚ ਡੁੱਬ ਕੇ ਲਿਖਾਂ ਜਿਵੇਂ ਆਪਣੇ ਬੈੱਡਰੂਮ 'ਚ ਸਾਰੇ ਕੱਪੜੇ ਲਾ ਕੇ ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਹਾਂ ਵਾਲਾਂ ਨੂੰ ਕੰਗੀ ਕਰਦੀ ਹੋਈ ਉਹਨਾਂ ਦੀ ਛੋਹ ਆਪਣੇ ਨੰਗੇ ਸਰੀਰ ਤੇ ਮਹਿਸੂਸ ਕਰਾਂ ਆਪਣੀ ਆਤਮਾ ਦਾ ਅਕਸ ਇਸ ਵਿੱਚ ਦੇਖ ਸਕਾਂ ਆਪਣੀ ਭੁਖੀ ਰੂਹ ਦਾ ਆਪਣੀਆਂ ਮੁਸਕਰਾਟਾਂ ਦੀ ਚੱਪਣੀ ਹੀਟ ਕੱਜੀਆਂ ਸਦਰਾਂ ਨੂੰ ਵੀ ਜੇ ਠੋਆਂ ਵਾਂਗ ਡੰਗਦੀਆਂ ਉਹ ਛਿੱਥਾਪਨ ਵੀ ਜੋ ਫਜ਼ੂਲ ਕੰਮ ਕਰਨ ਤੇ ਬੇਹੁਦਾ ਲੋਕਾਂ ਨੂੰ ਮਿਲਣ ਨਾਲ ਮੇਰੇ ਮਨ ਹਿੱਟ ਦੱਬਿਆ ਪਿਆ ਤੇ ਸਮਝੌਤਾ ਨਾ ਕਰ ਸਕਣ ਦੀ ਮਜਬੂਰੀ ਤੇ ਥਕਾਨ ਤੇ ਬੁਰੀਅਤ ਉਹ ਅੱਗ ਜੋ ਧੂੰਧੂ ਕਰਕੇ ਛਾਤੀ ਅੰਦਰ ਵੱਲਦੀ ਹੈ ਉਹ ਪਟਕਣ ਉਹ ਸਾਰਾ ਕੂੜਾ ਕਬਾੜ ਜਿਹਦੀ ਮੈਂ ਬਣੀ ਹੋਈ ਆ ਉਹ ਚੀਜ਼ ਜੋ ਮੇਰੇ ਦੋਸਤ ਲਿਖਣੋਂ ਡਰਦੇ ਹਾਂ ਸ਼ਾਇਦ ਉਹ ਪਹਿਲੂ ਬੁਰਾ ਹੋਵੇ ਮਾੜਾ ਹੋਵੇ ਮੈਂ ਲਿਖ ਕੇ ਸਾਬਤ ਨਹੀਂ ਕਰਨਾ ਚਾਹੁੰਦੀ ਕਿ ਮੈਂ ਕਿੰਨੀ ਚੰਗੀ ਹਾਂ ਇਹ ਬੋਰ ਗੱਲ ਹੈ ਇਹ ਸਾਹਿਤ ਨਹੀਂ ਤੇ ਤੂੰ ਇੱਕੋ ਮਰਦ ਬਾਰੇ ਗੱਲ ਕੀਤੀ ਮੁਹੱਬਤ ਬਾਰੇ ਕਿ ਤੂੰ ਇੱਕ ਮਰਦ ਦੀ ਸਦੀਵੀ ਮੁਹੱਬਤ 'ਤੇ ਯਕੀਨ ਕਰਦੀ ਹੈ ਤੁਸੀਂ ਮੇਰੀ ਗੱਲ ਨਹੀਂ ਸਮਝੀ ਇੱਕੋ ਮਰਦ ਇੱਕੋ ਵੇਲੇ ਇਹ ਕਹਿੰਨੀ ਹੈ ਹਮੇਸ਼ਾ ਵਾਸਤੇ ਇੱਕੋ ਮਰਦ ਸ਼ਾਇਦ ممکن ਨਹੀਂ ਹੋ ਸਕਦਾ ਜ਼ਿੰਦਗੀ ਦੇ ਸਦਾ ਬਦਲਦੇ ਵਹਿਣ 'ਚ ਬਦਲਦੀ ਗਰਦਿਸ਼ ਵਿੱਚ ਮੁਹੱਬਤ ਦਾ ਰੰਗ ਬਦਲਣਾ ਬੜਾ ਸੁਭਾਵਕ ਹੈ ਨਹੀਂ ਤਾਂ Sartre ਵਾਂਗੂ ਨਰਕ ਦਾ ਉਹੀ ਤਸੱਵਰ ਬਣ ਜਾਏਗਾ ਜਿਸ ਵਿੱਚ ਹਰ ਮਨੁੱਖ ਦੀ ਇਹੀ ਸਜ਼ਾ ਹੈ ਕਿ ਉਹ ਆਪਣੀ ਸਭ ਤੋਂ ਪਿਆਰੀ ਚੀਜ਼ ਸਭ ਤੋਂ ਮਹਿਬੂਬ ਮਰਦ ਜਾਂ ਔਰਤ ਲੈ ਕੇ ਨਰਕ ਵਿੱਚ ਜਾਵੇ ਤੇ ਫਿਰ ਕਦੇ ਵੀ ਕਦੇ ਵੀ ਉਹਨੂੰ ਨਾ ਛੱਡ ਸਕੇ ਮੁਹੱਬਤ ਦੇ ਰੰਗ ਲੱਥ ਜਾਣ ਮੌਸਮ ਬਦਲ ਜਾਣ ਪਿਆਰ ਬੇਰੁਖੀ 'ਚ ਬਦਲੇ ਬੇਰੁਖੀ ਬੇਜ਼ਾਰੀ ਵਿੱਚ ਬੇਜ਼ਾਰੀ ਨਫ਼ਰਤ ਵਿੱਚ ਪਰ ਰਹਿਣਾ ਉਸੇ ਬੰਦੇ ਨਾਲ ਪਵੇ ਸਦੀਆਂ ਦੀਆਂ ਸਦੀਆਂ ਅਨੰਤ ਕਾਲ ਤੀਕ ਪਰ ਇਸ ਵੇਲੇ ਮੈਂ ਸੋਚਦੀ ਹਾਂ ਸਿਰਫ ਇੱਕ ਮਰਦ ਨੂੰ ਮੁਹੱਬਤ ਕੀਤੀ ਜਾ ਸਕਦੀ ਹੈ ਉਹ ਇੱਕੋ ਮਰਦ ਬਹੁ ਮਰਦਾ ਮੇਰਾ ਮਤਲਬ ਇਹ ਨਹੀਂ ਕਿ ਉਹ ਸਿਰਫ ਪੈਸੇ ਕਮਾ ਕੇ ਲਿਆਵੇ ਪੈਸੇ ਮੈਂ ਕਮਾ ਸਕਦੀ ਹਾਂ ਤੇ ਸ਼ਾਇਦ ਇੰਨੇ ਕਿ ਮੇਰਾ ਮਹਿਬੂਬ ਮਰਦ ساری ਉਮਰ ਨਾ ਕਮਾ ਸਕੇ ਮੈਂ ਪੈਸੇ ਵਾਰ ਸਕਦੀ ਹਾਂ ਸੁੱਟ ਸਕਦੀ ਹਾਂ ਲोटा ਸਕਦੀ ਹਾਂ ਪੈਸੇ ਖਰੀਦਣ ਤੇ ਲੁਟਾਉਣ ਚ ਬੜਾ ਮਜ਼ਾ ਹੈ ਪੈਸਾ ਤਾਂ ਇੱਕ ਪੱਖ ਹੈ ਸਮੁੱਚੇ ਰਿਸ਼ਤੇ ਦਾ ਅਸਲੀ ਗੱਲ ਇਹ ਹੈ ਕਿ ਇੱਕੋ ਵੇਲੇ ਇੱਕੋ ਬੰਦੇ ਸਾਹਮਣੇ ਕੋਈ ਬਿਲਕੁਲ ਨੰਗਾ ਹੋ ਸਕਦਾ ਨਾ ਕੱਪੜੇ ਨਾ ਕੱਜੜ ਨਾ ਹੌਲਾ ਉਹ ਸਮਰਦ ਨੂੰ ਕਿਹਾ ਜਾ ਸਕਦਾ ਮੇਰਾ ਮਤਲਬ ਹੈ ਲਫ਼ਜ਼ਾਂ ਨਾਲ ਨਹੀਂ ਪਾਵਾਂ ਨਾਲ ਕਿ ਮੈਂ ਤੇਰੇ ਨਾਲ ਸੌਣਾ ਹੈ ਅੱਜ ਹੁਣੇ ਮੇਰੇ ਪਿੰਡੇ 'ਚ ਤੇਰੀ ਛੋਲੀ ਅੱਗ ਪਈ ਬਲਦੀ ਹੈ ਉਸੇ ਇੱਕ ਮਰਦ ਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਜਾ ਸਕਦੀਆਂ ਹਰ ਕਿਸਮ ਦੀਆਂ ਨੌਕਰ ਕੋਲੋਂ ਟੁੱਟੀ ਕਿਸੇ ਬੜੀ ਵਧੀਆ ਪਲੇਟ ਦੀਆਂ ਖਰਾਬ ਹੋਈ ਬਿਜਲੀ ਦੀਆਂ ਮਾਲਕ ਮਕਾਨ ਦੇ ਝਗੜੇ ਦੀਆਂ ਗਵਾਚੇ ਹੋਏ ਸਲੀਪਰ ਦੀਆਂ ਤੇ ਮੁੱਕੇ ਹੋਏ ਪੈਸਿਆਂ ਦੀਆਂ ਬਿਮਾਰੀ ਦੀਆਂ ਹੋਰ ਸੌ ਖਰਾਫਾਤ ਦੀਆਂ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਕੋਈ ਸੰਝਾ ਕਰੇ ਇਹੋ ਜੀ ਕਰਦਾ ਹੈ ਇਹ ਛੋਟੀਆਂ-ਛੋਟੀਆਂ ਵੱਡੀਆਂ-ਵੱਡੀਆਂ ਪ੍ਰੋਬਲਮਸ ਆ ਜਦੋਂ ਮੈਂ ਇਕੱਲੀ ਸਾਹਮਣਾ ਕਰਦੀ ਆ ਤਾਂ ਲੱਗਦਾ ਹੈ ਜ਼ਿੰਦਗੀ ਨੇ ਬੜਾ ਅਨਿਆਂ ਕੀਤਾ ਹੈ ਹੁਣ ਜੇ ਕਿਸੇ ਨਾਲ ਗੱਲ ਕਰਾਂ ਵੀ ਤਾਂ ਸਮੱਸਿਆ ਤਾਂ ਉਹੀ ਰਹਿੰਦੀ ਹੈ ਉਸ ਵਿੱਚੋਂ ਇਕੱਲੇ ਹੋਣ ਦਾ ਡਰ ਨਹੀਂ ਨਿਕਲਦਾ ਤੁਝੇ ਅਜੇ ਆ ਮਰਦ ਲੱਭ ਲਏ ਤਦ ਵੀ ਇਕੱਲੀ ਮਹਿਸੂਸ ਕਰੇਂਗੀ ਅਜੇ ਆ ਮਰਦ ਸਿਰਫ ਇੱਕ ਸ਼ਰਾਬ ਹੈ ਇੱਕ ਧੋਖਾ ਹਰ ਮਰਦ ਦੇ ਮਨ ਅੰਦਰ ਵੀ ਕਿਸੇ ਅਜਈ ਤੀਵੀ ਦੀ ਹੀ ਤਸਵੀਰ ਹੁੰਦੀ ਹੈ ਪਰ ਅਜਈ ਤੀਵੀ ਕਿਤੇ ਨਹੀਂ ਹਕੀਕਤ ਇਹ ਹੈ ਕਿ ਹਰ ਉਹ ਤੀਵੀ ਜਿਹਨੂੰ ਤੁਸੀਂ ਪਾ ਨਹੀਂ ਸਕਦੇ ਕਾ ਦਰਸ਼ਕ ਨਾਰੀ ਦਾ ਰੂਪ ਧਾਰ ਲੈਂਦੀ ਹੈ ਇਸੇ ਤਰ੍ਹਾਂ ਮਰਦ ਮੇਰਾ ਦਰਸ਼ਕ ਮਰਦ ਬਹੁਤ ਸਥੂਲ ਹੈ ਮੈਂ ਚਾਹੁੰਨੀ ਹਾਂ ਕਿ ਉਹ ਮੇਰੇ ਨਾਲ ਜੀਵਨ ਨੂੰ ਪੂਰੀ ਤਰ੍ਹਾਂ ਸਾਂਝਾ ਕਰੇ ਜਦੋਂ ਮੈਂ ਬਿਮਾਰ ਹੋਵਾਂ ਤਾਂ ਮੇਰੇ ਕੋਲ ਹੋਵੇ ਇਹ ਸਿਰਫ ਇੱਕੋ ਮਰਦ ਕਰ ਸਕਦਾ ਹੈ ਇੱਕ ਤੋਂ ਵੱਧ ਮਰਦ ਜੇ ਇੱਕੋ ਵੇਲੇ ਜ਼ਿੰਦਗੀ 'ਚ ਹੋਣਗੇ ਤਾਂ ਸਾਰੇ ਜਜ਼ਬਾਤ ਸਿਰਫ ਸਰੀਰਕ ਪੱਧਰ ਤੇ ਰਹਿ ਜਾਣਗੇ ਜ਼ਿੰਦਗੀ ਦੇ ਹਨੇਰੇ ਖੂਚ ਰੋਜ਼ਮਰਰਾ ਦੀ ਜ਼ਿੰਦਗੀ ਦਾ ਜਿਹੜਾ ਅੰਨਾ ਖੂ ਹੁੰਦਾ ਹੈ ਉਹ ਸੱਚ ਕੋਈ ਨਹੀਂ ਉਤਰੇਗਾ ਲੋਕ ਅੱਜਕੱਲ ਤੇਰੀਆਂ ਕਹਾਣੀਆਂ ਦੀ ਥਾਂ ਤੇਰੇ ਮੈਗਜ਼ੀਨਾਂ ਤੇ ਇਸ਼ਤਿਹਾਰਾਂ ਦੀਆਂ ਗੱਲਾਂ ਕਰਦੇ ਨੇ ਤੇ ਤੇਰੇ ਰੁਪਏ ਕਮਾਉਣ ਦੀਆਂ ਮੈਨੂੰ ਪਤਾ ਹੈ ਚਲੋ ਇਹੋ ਕਾਫੀ ਹੈ ਕਿ ਗੈਰਾਂ ਦੀਆਂ ਮਹਿਫਲਾਂ 'ਚ ਮੇਰਾ ਚਰਚਾ ਹੁੰਦਾ ਹੈ ਪੰਜਾਬੀ ਸਹਿਤਕਾਰ ਰੁਪਈਆ ਕਮਾਉਣ ਨੂੰ ਭੰਡਦੇ ਨੇ ਫਿਰ ਕੁਝ ਛਿਰਫੇ 'ਚੋਂ ਖੁਦ ਕਿਸੇ ਨਿੱਕੀ ਜੀ ਨੌਕਰੀ ਲੱਭਣ ਲਈ ਧਰਤੀ ਹਿਲਾ ਦਿੰਦੇ ਨੇ ਸਾਡੇ ਸਹਿਤਕਾਰ ਤੇ ਆਲੋਚਕ ਕਿਸੇ ਆਈ.ਸੀ.ਐਸ. ਜੱਜ ਜੰਕ ਮਿਸ਼ਟਾ ਨੂੰ ਨਹੀਂ ਭੰਡਦੇ ਭਾਵੇਂ ਉਹਨਾਂ ਦੀ ਆਮਦਨ ਮੇਰੇ ਨਾਲੋਂ ਦੁੱਗਣੀ ਤਿਗਣੀ ਹੋਵੇ ਉਹਨਾਂ ਦਾ ਨਜ਼ਰੀਆ ਔਰਤ ਬਾਰੇ ਹੋਣ ਵੀ ਭੂਪਵਾਦੀ ਹੈ ਉਹ ਲਿਖਦੇ ਭਾਵੇਂ ਪ੍ਰਗਤੀਵਾਦ ਬਾਰੇ ਹੈ ਪਰ ਦਰਅਸਲ ਪ੍ਰਤੀਸ਼ੀਲ ਔਰਤ ਹੁਣ ਵੀ ਉਹਨਾਂ ਦੇ ਮਨ 'ਚ ਬੈਠੀ ਚੁੱਲ੍ਹੇ ਅੱਗੇ ਰੋਟੀਆਂ ਥੱਪਦੀ ਹੈ। ਤੈਨੂੰ ਇஷ்டਿਆਰਾਂ ਲਈ ਬਹੁਤ ਕੰਮ ਕਰਨਾ ਪੈਂਦਾ ਹੈ। ਹਾਂ ਪਰ ਪੰਜਾਬੀ ਸਾਹਿਤਕਾਰ ਤਾਂ ਮੇਰੇ ਦੋਸਤ ਹਨ, ਬਿਜ਼ਨਸਮੈਨ ਨਹੀਂ। ਜਦੋਂ ਮੈਂ ਇਹਨਾਂ ਸਾਹਿਤਕਾਰਾਂ ਨਾਲ ਖੁੱਲ੍ਹ ਕੇ ਮਿਲਦੀਆਂ ਤਾਂ ਮੈਨੂੰ ਕਿਸੇ ਇஷ்டਿਆਰ ਦੀ ਲੋੜ ਨਹੀਂ ਹੁੰਦੀ। ਸਿਰਫ ਉਹਨਾਂ ਦੀ ਨਿੱਕੀ ਦੋਸਤੀ ਦੀ ਤੇ ਉਦਾਰਤਾ ਦੀ। ਪਰ ਕਈ ਸਾਹਿਤਿਕ ਮੇਲ-ਜੋਲ ਵਾਲੇ ਖੁਦ ਇஷ்டਿਆਰ ਬਣ ਜਾਂਦੇ ਹਨ। ਚਲਦਾ ਫਿਰਦਾ ਇਸ਼ਤਿਆਰ ਬੋਲਦਾ ਤੇ ਭੰਡਦਾ ਇਸ਼ਤਿਆਰ ਅਜੀਤ ਕੌਰ ਦੇ ਖਿਲਾਫ ਵੱਡਾ ਇਸ਼ਤਿਆਰ ਮੈਨੂੰ ਦੁੱਖ ਹੁੰਦਾ ਫਿਰ ਹੱਸਣ ਲੱਗਦੀ ਆ ਤੂੰ ਹੱਸ ਰਹੀ ਹੈ ਹਾਂ ਇਸ ਗੱਲ ਉੱਤੇ ਬਹੁਤ ਹਾਸਾ ਆ ਰਿਹਾ ਹੈ ਕੁਝ ਅਜਿਹੇ ਸਾਹਿਤਕਾਰ ਵੀ ਹਨ ਜਿਨ੍ਹਾਂ ਮੈਨੂੰ ਗਰਮ ਗਰਮ ਜਲੇਬੀ ਸਮਝ ਕੇ ਮੂੰਹ 'ਚ ਪਾਉਣਾ ਚਾਹਿਆ ਜਦੋਂ ਗੱਲ ਨਾ ਮਣੀ ਤਾਂ ਮੇਰੇ ਖਿਲਾਫ ਬੋਲਦੇ ਰਹੇ ਮੇਰੇ ਦੁਸ਼ਮਣ ਬਣ ਕੇ ਮੈਨੂੰ ਬਦਨਾਮ ਕਰਦੇ ਫਿਰੇ ਪਰ ਇਹਦਾ ਇਲਾਜ ਅਸੀਂ ਸਾਹਿਤਿਕ ਤੇ ਬਿਜ਼ਨਸ ਦੀ ਦੁਨੀਆ ਦੀਆਂ ਗੱਲਾਂ ਕਰਨ ਲੱਗੇ ਇਸ਼ਤਿਆਰਾਂ ਦੀ ਦੁਨੀਆ ਦੀਆਂ ਲੱਗੀ ਇਸ਼ਤਿਹਾਰਾਂ ਲਈ ਮੈਨੂੰ ਕਹਿਣਾ ਤਾਂ ਪੈਂਦਾ ਹੈ ਕਹੀਂ ਬਿਨਾ ਗੁਜ਼ਾਰਾ ਹੀ ਨਹੀਂ ਨਾ ਹੀ ਅਖਬਾਰੀ ਦੁਨੀਆ 'ਚ ਇਸ਼ਤਿਹਾਰ ਬਿਨਾ ਗੁਜ਼ਾਰਾ ਹੈ bizness ਦਾ ਉਸੂਲ ਹੈ ਕਿ ਜੇ 500 ਖਰਚਣ ਨਾਲ 5000 ਦਾ ਫਾਇਦਾ ਹੋਵੇ ਤਾਂ ਖਰਚੋ ਨਹੀਂ ਤਾਂ ਘਾਟਾ ਕੋਈ ਨਹੀਂ ਖਾਂਦਾ ਜਾਣ ਬੁੱਝ ਕੇ bizness ਦਾ ਸਿੱਧਾ ਉਸੂਲ ਜਜ਼ਬਾਤ ਦੀ ਗੱਲ ਹੋ ਰਹੀ ਹੈ ਇਸ ਵਿੱਚ ਕਈ ਵਾਰ ਘਾਟਾ ਖਾਣ ਨੂੰ ਜੀ ਕਰਦਾ ਮੈਂ ਜ਼ਿੰਦਗੀ ਦੀ ਭੁੱਖੀ ਹਾਂ ਸੈਂਕੜੇ ਹਜ਼ਾਰਾਂ ਲੋਕਾਂ ਨਾਲ ਮੇਰੀ ਮੁਲਾਕਾਤ ਹੋਏਗੀ ਭਾਵੇਂ ਸਾਂਝ ਨਹੀਂ ਇਸ ਦੋਸਤੀ ਦੇ ਹੜ ਵਿੱਚ ਮੈਨੂੰ ਕਈ ਵਾਰ ਸਾਹ ਲੈਣ ਲਈ ਲੋਕਾਂ ਨੂੰ ਟਾਲਣਾ ਪੈਂਦਾ ਮੈਂ ਲੋਕਾਂ ਨੂੰ ਸਿਰਫ ਇਸ਼ਤਿਹਾਰਾਂ ਲਈ ਨਹੀਂ ਮਿਲਦੀ ਮੈਂ ਕਦੇ ਕਿਸੇ ਨੂੰ ਇਹ ਨਹੀਂ ਆਖਿਆ ਕਿ ਜੇ ਇਸ਼ਤਿਹਾਰ ਨਾ ਦਿੱਤਾ ਤਾਂ ਮੈਂ ਨਹੀਂ ਮਿਲਣਾ ਜੇ ਕਦੇ ਨੌਬਤ ਆ ਗਈ ਤਾਂ ਮੈਂ ਪਰਚੇ ਬੰਦ ਕਰ ਦੇਵਾਂਗੀ ਤੇ ਦੋਹਾਂ ਖਸਮਾਂ ਨੂੰ ਗੋਲੀ ਮਾਰ ਕੇ ਰੰਡੀ ਹੋ ਕੇ ਬਹਿ ਜਾਵਾਂਗੀ ਅਜੀਤ ਕੌਰ ਦੀਆਂ ਅੱਖਾਂ 'ਚ ਚਿੰੰਗਾ ਨਿਕਲੀਆਂ ਅਜੀਤ ਕੌਰ ਨੇ ਫਿਰ ਕਿਸੇ ਰੈਸਟੋਰੈਂਟ 'ਚ ਇਕੱਲੇ ਲੰਚ ਖਾਣ ਦਾ ਫੈਸਲਾ ਹੋਇਆ ਮੈਂ 1 ਵਜੇ ਪਹੁੰਚ ਕੇ ਅੱਧਾ ਘੰਟਾ ਇੰਤਜ਼ਾਰ ਕੀਤਾ ਉਨਾਈ ਮੈਂ ਲੰਚ ਦਾ ਆਰਡਰ ਦੇ ਦਿੱਤਾ ਮੈਂ ਲੰਚ ਦਾ ਆਰਡਰ ਦੇ ਦਿੱਤਾ ਸੜ ਪੁੱਜ ਕੇ ਇਕੱਲੇ ਲੰਚ ਖਾਦਾ ਕਾਫੀ ਪੀਤੀ ਪੂਰੇ 2 ਵਜੇ ਬਿੱਲ ਅਦਾ ਕਰਕੇ ਜਾ ਰਿਹਾ ਸੀ ਕਿ ਅਜੀਤ ਘਰ ਤੇਜ਼ ਤੇਜ਼ ਸਲੀਪਰ ਘਸੀਟਦੀ ਆਈ ਆਨਸਰ ਬੋਲੀ ਮੈਨੂੰ ਕੁਝ ਨਾ ਆਖੀ ਮੈਂ ਕਿਹਾ ਦੇਰ ਨਾਲ ਕਿਉਂ ਆਈ ਤਬਾਹੀ ਤੂੰ ਹਮੇਸ਼ਾ ਤਬਾਹੀ ਲਿਆਉਣੀ ਹੈ ਵਾਕਈ ਤਬਾਹੀ ਅਜੇ ਕੋਈ ਜੀ ਪਹੁੰਚ ਗਈ ਸੀ ਪਰ ਸਾਹਮਣੇ ਗੋਲ ਚੱਕਰ ਉਤੇ ਐਕਸੀਡੈਂਟ ਹੋ ਗਿਆ ਇੱਕ ਜੀਪ ਕਿਸੇ ਦੇ ਮੋਟਰਸਾਈਕਲ 'ਚ ਵੱਜੀ ਤੇ ਉਹ ਨੌਜਵਾਨ ਮੇਰੇ ਸਾਹਮਣੇ ਠਾਹ ਜਾ ਕੇ ਡਿੱਗਿਆ ਤੇ ਉਹਦੀ ਲੱਤ ਟੁੱਟ ਗਈ ਹੱਡੀ ਬਾਹਰ ਨਿਕਲ ਆਈ ਕਾਜਰ ਵਾਂਗ ਜਵਾਨ ਮੁੰਡਾ ਤੂੰ ਹੱਸ ਰਿਹਾ ਇਹ ਟ੍ਰੈਜੇਡੀ ਏ ਮੇਰਾ ਦਿਲ ਹੁਣ ਤੱਕ ਧੜਕ ਰਿਹਾ ਉਹਨੂੰ ਹਸਪਤਾਲ ਛੱਡ ਕੇ ਆਈਆਂ ਮੇਰੇ ਹੱਥਾਂ 'ਚੋਂ ਆਯੋਡੀਨ ਦੀ ਬੂ ਆ ਰਹੀ ਪੀਲੀ ਪੀਲੀ ਜ਼ਰਦ ਜ਼ਰਦ ਨਿਸ਼ੀਲੀ ਬੂ ਸਿਰਫ ਹਸਪਤਾਲ ਹੀ ਨਹੀਂ ਜਾਣਾ ਪਿਆ ਪੁਲਿਸ ਨਾਲ ਵੀ ਭੇਂਟ ਹੋਈ ਪੁਲਿਸ ਨਾਲ ਕਿਉਂ ਤਾਂ ਨਹੀਂ ਪਤਾ ਪੁਲਿਸ ਪੁੱਛਦੀ ਏ ਤਫਤੀਸ਼ ਕਰਦੀ ਏ ਤੇ ਤੁਸੀਂ ਹਮਦਰਦੀ ਦੇ ਜੁਰਮ 'ਚ ਫੜੇ ਜਾਂਦੇ ਹੋ ਹਰ ਵਾਰ ਕੰਨਾਂ ਨੂੰ ਹੱਥ ਲਾਉਣੀ ਆ ਕਿ ਸੜਕ ਤੇ ਭਾਵੇਂ ਕੋਈ ਮਰ ਰਿਹਾ ਹੋਵੇ ਮੈਂ ਉਹਨੂੰ ਹਸਪਤਾਲ ਨਹੀਂ ਲੈ ਕੇ ਜਾਵਾਂਗੀ ਪਿਆਸ ਨਾਲ ਸੜਕ ਤੇ ਡਿੱਗਿਆ ਪਿਆ ਹੋਵੇ ਉਹਦੇ ਮੂੰਹ 'ਚ ਪਾਣੀ ਦਾ ਤੁਪਕਾ ਨਹੀਂ ਪਾਵਾਂਗੀ ਪਰ ਜਦੋਂ ਦੇਖਦੀਆਂ ਰਹਿ ਨਹੀਂ ਹੁੰਦਾ ਇਹ ਮੇਰੇ ਵਾਸਤੇ ਗੱਲ ਨਹੀਂ ਏਸੇ ਤਰ੍ਹਾਂ ਹੀ ਆ ਜਿਵੇਂ ਤੁਹਾਡੇ ਨੱਕ ਉੱਤੇ ਮੱਖੀ ਬੈਠ ਜਾਏ ਤਾਂ ਉਹਨੂੰ ਉਡਾਣਾ ਹੀ ਪੈਂਦਾ ਹੈ ਹਮਦਰਦੀ ਦੀ ਮੱਖੀ ਉਹ ਬੈਠ ਗਈ ਤੇ ਗੁੱਸੇ ਹੋਈ ਕਿ ਮੈਂ ਰੋਟੀ ਇਕੱਲੇ ਕਿਉਂ ਖਾਦੀ ਬੈਰੀ ਨੂੰ ਬੁਲਾ ਕੇ ਡਾਂਟਿਆ ਕਿ ਉਹਨੇ ਮੈਨੂੰ ਕਿਉਂ ਰੋਟੀ ਖਵਾਈ ਫਿਰ ਉਹਨੇ ਥੋੜੀ ਜੀ ਰੋਟੀ ਖਾਧੀ ਤੇ ਕਾਫੀ ਦੇ ਦੋ ਪਿਆਲੇ ਮੰਗਵਾਏ ਮੈਂ ਆਖਿਆ ਜਦੋਂ ਵੀ ਅਸੀਂ ਗੱਲਾਂ ਕਰਦੇ ਹਾਂ ਨਰੇ ਫੱਕੜ ਇਹਨਾਂ ਗੱਲਾਂ 'ਚ گوشਤ ਹੈ ਹੱਡੀ ਹੈ ਥੋੜੀ ਜੀ ਚਰਬੀ ਵੀ ਹੈ ਪਰ ਅਜੀਤ ਕੌਰ ਜ਼ੋਰ ਦੀ ਹੱਸ ਕੇ ਬੋਲੀ ਪਰ ਸਾਹਿੱਦ ਦੀ ਕਲੇਜੀ ਨਹੀਂ ਮੈਨੂੰ ਕਲੇਜੀ ਬਹੁਤ ਸਵਾਦ ਲੱਗਦੀ ਹੈ ਮੈਂ ਆਖਿਆ ਬੋਲ ਤੈਨੂੰ ਆਪਣੀ ਕਿਹੜੀ ਕਹਾਣੀ ਪਸੰਦ ਹੈ ਕਿਹੜਾ ਸਵਾਲ ਜਿਸ ਵੇਲੇ ਲਿਖੋ ਹਰ ਕਹਾਣੀ ਪਸੰਦ ਹੈ 6 ਮਹੀਨੇ ਪਿੱਛੇ ਉਹੀ ਕਹਾਣੀ ਬਹੁਤ ਜ਼ਿਆਦਾ ਲੱਗਦੀ ਹੈ ਸਾਲ ਪਿੱਛੇ ਪੁਰਾਣੀ ਗੱਲ ਕਿਸੇ ਹੋਰ ਦੀ ਕਹਾਣੀ ਇਹ ਵੀ ਯਾਦ ਨਹੀਂ ਤੇਰਾ ਸਵਾਲ ਬਕਵਾਸ ਹੈ ਇਹ ਇਸੇ ਤਰ੍ਹਾਂ ਹੈ ਕਿ ਕੋਈ ਪੁੱਛੇ ਤੈਨੂੰ ਔਰਤ ਦਾ ਕੰਨ ਪਸੰਦ ਹੈ ਜਾਂ ਨੱਕ ਜਾਂ ਅੱਖਾਂ ਜਾਂ ਬੁੱਲ ਮੈਨੂੰ ਇਸ ਤਰ੍ਹਾਂ ਤੋੜ-ਤੋੜ ਕੇ ਕੋਈ ਚੀਜ਼ ਚੰਗੀ ਨਹੀਂ ਲੱਗਦੀ ਪੂਰੀ ਔਰਤ ਜਾਂ ਪੂਰਾ ਮਰਦ ਇਸੇ ਤਰ੍ਹਾਂ ਪੂਰਾ ਲੇਖਕ ਕਿਹੜਾ ਪੰਜਾਬੀ ਲੇਖਕ ਪਸੰਦ ਹੈ ਪੂਰੇ ਦਾ ਪੂਰਾ ਕੋਈ ਵੀ ਚੰਗਾ ਨਹੀਂ ਲੱਗਦਾ ਅੱਜਕੱਲ ਕੀ ਲਿਖ ਰਹੀ ਹੈ ਫਾਲਤੂ ਔਰਤ ਇੱਕ ਲੰਬੀ ਕਹਾਣੀ ਇੱਕ ਵਿਆਹਿਆ ਹੋਇਆ ਆਦਮੀ ਇੱਕ بیوی ਇੱਕ ਫਾਲਤੂ ਔਰਤ ਮੇਰੀ ਕਹਾਣੀ ਖੋਪੇ ਦੀ ਠੂਠੀ ਵੀ ਕਜਈ ਔਰਤ ਬਾਰੇ ਸੀ ਜੋ ਲੋਕਾਂ ਦਾ ਮਨ ਪਰਚਾ ਸਕੇ ਹਰ ਕੋਈ ਉਸ ਤੋਂ ਖੁਸ਼ੀ ਲੱਭਣਾ ਹੁੰਦਾ ਸੀ ਉਹ ਖੋਪੇ ਦੀ ਉਸ ਠੂਠੀ ਵਾਂਗ ਸੀ ਜਿਸ ਚ ਲੋਕ ਸ਼ਰਾਬ ਵੀ ਪਾ ਕੇ ਪੀਂਦੇ ਨੇ ਤੈਨੂੰ ਸੈਕਸ ਵਿੱਚ ਕਿਉਂ ਇੰਨੀ ਦਿਲਚਸਪੀ ਹੈ ਇਹ ਡਰਾਈਵਿੰਗ ਫੋਰਸ ਹੈ ਤੇਰੀਆਂ ਕਹਾਣੀਆਂ ਚ ਸੈਕਸ ਬਹੁਤ ਹੈ ਤੇ ਇਹ ਭਾਰਤੀ ਨਾਰੀ ਦੇ ਅਨੁਕੂਲ ਨਹੀਂ ਮੇਰੇ ਚ ਕੋਈ ਗੱਲ ਵੀ ਭਾਰਤੀ ਨਾਰੀ ਦੇ ਅਨੁਕੂਲ ਨਹੀਂ ਅੱਖਾਂ ਨੀਵੀਆਂ ਗਰਦਨ ਝੁਕੀ ਹੋਈ ਪਰਾਇਆ ਆਦਮੀ ਵੱਲ ਨਾ ਦੇਖੋ ਇਹੋ ਗੱਲਾਂ ਨਾ ਮੈਨੂੰ ਇਹ ਗੱਲਾਂ ਬਕਵਾਸ ਲੱਗਦੀਆਂ ਨੇ ਜਿਹੜੀ ਔਰਤ ਇਮਾਨਦਾਰ ਹੈ ਉਹਦੀ ਗਰਦਨ ਉੱਚੀ ਹੋਏਗੀ ਅੱਖਾਂ 'ਚ ਜਦੋਂ ਕੋਈ ਸੁਪਨਾ ਜਾਗਦਾ ਹੈ ਤੇ ਇਹ ਝੁਕਣਗੀਆਂ ਕਿਸ ਤਰ੍ਹਾਂ ਤੇ ਪਰਾਇਆ ਆਦਮੀ ਮੈਂ ਸੋਚਦੀ ਹਾਂ ਹਰ ਬੰਦਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹ ਆਪਣੇ ਬਾਕੀ ਸਭ ਪਰਾਇਆ ਚਾਹੇ ਉਹ ਖਾਵਨ ਦੀ ਕਿਉਂ ਨਾ ਹੋਵੇ ਤੂੰ ਬਹੁਤ ਕਹਾਣੀਆਂ ਕਿਉਂ ਨਹੀਂ ਲਿਖਦੀ ਖਿਆਲੀ ਕਹਾਣੀਆਂ ਮੈਂ ਨਹੀਂ ਲਿਖ ਸਕਦੀ ਜਦ ਤੱਕ ਕਿਸੇ ਗੱਲ ਦੇ ਤਜਰਬੇ ਨੂੰ ਨਾ ਚੱਖਾਂ ਉਹਦੀ ਕੋਈ ਝਲਕ ਨਾ ਦੇਖਾਂ ਮੈਂ ਨਹੀਂ ਲਿਖ ਸਕਦੀ ਤੂੰ ਜ਼ਿੰਦਗੀ ਕਈ ਤੀਵੀਆਂ ਨਾਲੋਂ ਵਧੇਰੇ ਰੱਜ ਕੇ ਜੀਵੀ ਹੈ ਤਜਰਬਾ ਵਿਸ਼ਾਲ ਅਨੁਭਵ ਚਿੱਤਰ ਤੇ ਜਜ਼ਬੇ ਦੇ ਸਾਰੇ ਪਹਿਲੂ ਅੰਦਰੋਂ ਪੱਕੇ ਮਾਣੇ ਹਨ ਪਰ ਤੂੰ ਲਿਖਦੀ ਨਹੀਂ ਇਹਦਾ ਕਾਰਨ ਸੁਸਤੀ ਸੁਸਤੀ ਨਹੀਂ ਕਾਰਨ ਹੈ ਰੋਟੀ ਦਾ ਫਿਕਰ ਇਸ ਸੋਸ਼ਲਿਸਟ ਸਮਾਜ ਵਿੱਚ ਮੇਰੇ ਵਰਗਿਆਂ ਬਹੁਤ ਧੀਮੀਆਂ ਨੂੰ ਆਦਤ ਨਹੀਂ ਮੈਨੂੰ ਵੀ ਨਹੀਂ ਸੀ ਇਹ ਰੋਟੀ ਦਾ ਚੱਕਰ ਮਾਨਸਿਕ ਤੌਰ ਉਤੇ ਥਕਾ ਦਿੰਦਾ ਹੈ ਸਾਰਾ ਦਿਨ ਬਕਵਾਸ ਉਹਨਾਂ ਲੋਕਾਂ ਨੂੰ ਮਿਲੋ ਜਿਨ੍ਹਾਂ ਨੂੰ ਮਿਲਣ ਨੂੰ ਜੀ ਨਹੀਂ ਕਰਦਾ ਲੱਗਦਾ ਆਪਣੇ ਆਪ ਨਾਲ ਬੇਈਮਾਨੀ ਕਰ ਰਹੀ ਹਾਂ ਕੰਮ ਨਹੀਂ ਥਕਾਉਂਦਾ ਇਹ ਬੇਈਮਾਨੀ ਥਕਾ ਦਿੰਦੀ ਹੈ ਮੁਰਕਾ ਜਿੰਨਾ ਭਾਰੀ ਪਾਓ ਉਨੀ ਥਕਾਵਟ ਜ਼ਿਆਦਾ ਤੂੰ ਜੋਗਣੇ ਜੋ ਗਣਤਾਉ ਹੁੰਦੀ ਹੈ ਜੋ ਕਿਸੇ ਨਾਲ ਨਾ ਸੌਵੇਂ ਮੈਂ ਜੋਗੜਨੀ ਫਿਰ ਭੋਗਣੇ ਉਹ ਵੀ ਨਹੀਂ ਕਿਉਂ ਭੋਗਣੋ ਹੁੰਦੀ ਹੈ ਜੋ ਕਿਸੇ ਵੀ ਮਰਦ ਨਾਲ ਛਾਲ ਮਾਰ ਕੇ ਮੰਜੀ ਤੇ ਜਾ ਪਵੇ ਮੇਰੇ ਜ਼ੈਨ ਚ ਅਜਿਹੀ ਗੱਲ ਨਹੀਂ ਆਉਂਦੀ ਹਾਂ ਜਦੋਂ ਮੈਂ ਕਿਸੇ ਨੂੰ ਪਿਆਰ ਕਰਦੀਆਂ ਤਾਂ ਬੇਅੰਤਹਾ ਅੱਗ ਹੁੰਦੀ ਹੈ ਮੇਰੇ ਵਿੱਚ ਉਸ ਲਈ ਮੈਨੂੰ ਬੁਖਾਰ ਚੜ ਜਾਂਦਾ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦੀ ਸਭ ਕੁਝ ਫਜ਼ੂਲ ਜਾਪਦਾ ਹੈ ਇਨੇ ਚ ਜੀਤ ਕੌਰ ਦਾ ਡਰਾਈਵਰ ਆ ਗਿਆ ਉਸ ਆਖਿਆ ਤੁਹਾਨੂੰ ਬੁਲਾਇਆ ਕੀ ਬੁਲੇ ਸਾਈਏ ਇੱਥੇ ਬੁਲਾ ਲੇ ਨਹੀਂ ਉਹ ਤੁਹਾਨੂੰ ਮੌਕੇ ਤੇ ਲੈ ਜਾਣਾ ਚਾਹੁੰਦੇ ਆ ਸਾਹਮਣੇ ਗੋਲ ਚੱਕਰ ਉਤੇ ਜਿਸ ਦਾ ਮੋਟਰਸਾਈਕਲ ਦੀ ਟੱਕਰ ਹੋਈ ਸੀ ਉੱਥੇ ਤੁਹਾਡੇ ਬਿਆਨ ਲਿਖਵਾਉਣਗੇ ਉਡੀਕ ਕਰ ਰਹੇ ਅਜੀਤ ਕੌਰ ਨੇ ਕਾਫੀ ਦਾ ਆਖਰੀ ਕੁੱਟ ਭਰਿਆ ਬਿੱਲ ਅਦਾ ਕੀਤਾ ਬੋਲੀ ਅੱਛਾ ਮੈਂ ਚੱਲਾਂ ਇਹ ਸਜ਼ਾ ਮਿਲਦੀ ਹੈ ਹਮਦਰਦੀ ਕਰਨ ਦੀ ਸਭ ਤੋਂ ਵੱਡਾ ਜੁਰਮ ਕੋਈ ਔਰਤ ਹਮਦਰਦੀ ਨਾਲ ਸ਼ਾਦੀ ਕਰ ਲੈਂਦੀ ਹੈ ਤੇ ਹਮਦਰਦੀ ਨਾਲ ਹੀ ਬੱਚੇ ਜੰਮ ਦਿੰਦੀ ਹੈ ਫਿਰ ساری ਉਮਰ ਸਜ਼ਾ ਭੋਗਦੀ ਹੈ ਮੈਂ ਚੱਲਾਂ ਉਹ ਤੇ ਮੈਂ ਬਾਹਰ ਆਈ ਉਨੇ ਥਾਣੇਦਾਰ ਨੂੰ ਆਖਿਆ ਮੇਰੀ ਗੱਡੀ 'ਚ ਬੈਠੋ ਮੈਂ ਤੁਹਾਡੇ ਨਾਲ ਚਲਦੀ ਆ ਉਸ ਪੇਛੋਂ ਤਿੰਨ ਚਾਰ ਵਾਰ ਮੈਂ ਟੈਲੀਫੋਨ ਕੀਤਾ ਹਰ ਵਾਰ ਤਾਰ ਮਸਰੂਫ ਮਿਲਦੀ ਲੰਬੀ ਢੇਰ ਤੱਕ ਜਿਵੇਂ ਕਿਸੇ ਨੇ ਟੈਲੀਫੋਨ ਦਾ ਚੁੰਗਾ ਉਤਾਰ ਕੇ ਰੱਖਿਆ ਹੋਵੇ ਇੱਕ ਸ਼ਾਮ ਟੈਲੀਫੋਨ ਮਿਲ ਗਿਆ ਦੂਜੇ ਪਾਸੇ ਆਵਾਜ਼ ਆਈ ਹਾਂ ਮੈਂ ਆਖਿਆ ਜੀਤ ਕੌਣ ਹੈ ਸਿਸਕੀਆਂ ਵਿੱਚੋਂ ਸੁਣਾਈ ਦਿੱਤਾ ਹਾਂ ਬੋਲ ਰਹੀ ਹਾਂ ਮੈਂ ਅਜੀਤ ਤੈਨੂੰ ਕੀ ਹੋਇਆ ਰੋ ਕਿਉਂ ਰਹੀ ਹੈ ਖੁਜ ਵੀ ਨਹੀਂ ਮੈਂ ਬਹੁਤ ਬੁਰੀ ਜ਼ਿੰਦਗੀ ਹੈ ਮੈਂ ਮੈਂ ਔਰਤਾਂ ਬਹੁਤ ਬੁਰੀ ਤਰ੍ਹਾਂ ਫਸ ਗਈਆਂ ਬਾਹਰ ਆਉਣਾ ਚਾਹੁੰਦੀਆਂ ਸਾਹ ਲੈਣਾ ਚਾਹੁੰਦੀਆਂ ਕੀ ਗੱਲ ਹੈ ਮੈਨੂੰ ਦੱਸ ਬੋਲ ਚੁੱਪ ਕਿਉਂ ਹੋ ਗਈ ਮੈਨੂੰ ਦੱਸ ਮੈਂ ਇਸ ਵੇਲੇ ਮੇਰੇ ਕੋਲ ਦੋ ਟਾਈਪਿਸਟ ਬੈਠੇ ਹਨ ਮੇਰਾ ਅਕਾਊਂਟੈਂਟ ਮੈਨੂੰ ਹਿਸਾਬ ਦੀ ਸਮਝ ਨਹੀਂ ਕਲ ਇਨਕਮ ਟੈਕਸ ਦੀ ਤਰੀਕ ਹੈ ਇਨਕਮ ਟੈਕਸ ਦਾ ਕੁਝ ਪਤਾ ਨਹੀਂ ਜਮਾ ਖਰਚ ਨਫਾ ਨੁਕਸਾਨ ਬੈਲੈਂਸ ਸ਼ੀਟਾ ਕਿਸੇ ਚੀਜ਼ ਦੀ ਸਮਝ ਨਹੀਂ ਆ ਰਹੀ ਇਹ ਮੇਰਾ ਕੰਮ ਨਹੀਂ ਪਤਾ ਨਹੀਂ ਕੀ ਹੋਏਗਾ ਮੈਂ ਕਿ ਬੇਵਕੂਫਾ ਉਹਦੀਆਂ ਸਿਸਕੀਆਂ ਡੂੰਘੀਆਂ ਹੋ ਗਈਆਂ ਉਹ ਰੋ ਰਹੀ ਸੀ ਧੰਨਵਾਦ